ਹਾਂਜੀ ਦੋਸਤੋ ਮੈਂ ਮਨਦੀਪ ਸਿੰਘ ਦਲਾਉ ਮੂਰਾ ਡੈਰੀ ਫਾਰਮ ਚ ਸਵਾਗਤ ਆ ਸਾਰਿਆਂ ਦਾ ਪਿੰਡ ਆਪਣਾ ਟਾਲੀਆਂ ਤਹਿਸੀਲ ਬਲਾਡਾ ਜ਼ਿਲ੍ਹਾ ਮਾਨਸਾ ਅੱਜ ਆਪਣੇ ਕੋਲ ਦੋ ਮੱਝਾਂ ਇੰਟਰ ਹੋਈਆਂ ਨੇਗੀਆਂ ਇੱਕ ਇਹ ਤਾਜੀ ਸੂਈ ਅੱਜ ਚੌਥਾ ਦਿਨ ਹੀ ਸੂਈ ਹਜੇ ਬੋਲੇ ਚ ਖਾਲੀ ਕੋਈ ਹੋਈ ਆ ਮੱਝ ਇਹ ਪੂਰੇ ਖੁੱਲੇ ਅਡਰ ਦੀ ਆ ਹਜੇ 부ਜੀ ਹੋਈ ਆ ਥੋੜੀ ਜਿਹੀ ਮੱਝ ਆਪਣੇ ਕੋਲੇ ਅੱਜ ਹੀ ਆਈਆਂ ਸੀਗੀਆਂ ਮੱਝਾਂ ਸਾਢੇ 5 ਸਵਾ 5 ਵਜੇ ਲਾਈਆਂ ਸੀ ਆਪਾਂ ਮੱਝ ਇੱਕ ਇਹ ਝੋਟੀ ਆ ਗਈ ਪਹਿਲੇ ਸੂਏ ਇੱਕ ਇਹ ਮੱਝ ਆ ਗਈ ਚੌਥੇ ਚੁੱਥੇ ਸੂਏ ਹੋਏ ਹੋਏ ਮੱਜ ਇੱਕ ਇਹ ਝੋਟੀ ਆ ਗਈ ਪਹਿਲੇ ਸੂਏ ਵੀ ਕਹਿ ਲੋ ਚਾਹੇ ਪਰ ਇਹ ਦੂਜੇ ਸੂਏ ਝੋਟੀ ਆ ਗਈ ਦੰਦਾਂ ਦੀ ਵੀ ਕੱਚੀ ਹੈ ਹਜੇ ਬਿਲਕੁਲ ਜੈਡ ਬਲੈਕ ਆ ਤੇ ਥੋੜਾ ਜਿਹਾ ਬੱਚਾ ਚੁੰਗਣ ਲੱਗ ਗਿਆ ਸੀ ਉਹਨੂੰ ਪਾਸਮ ਗਈ ਸੀਗੀ ਇਹ ਤੇ ਮੰਗਰੇ ਦੇ ਕੱਟੀ ਆ ਗਈ ਕੱਟੀ ਵੀ ਬਿਲਕੁਲ ਜੈਡ ਬਲੈਕ ਆ ਕੋਈ ਕਿਤੇ ਵਾਲ ਚਿੱਟਾ ਨਹੀਂ ਹੈਗਾ ਕੱਟੀ ਦੇ ਵੀ ਇਹਦੀ ਤੁਹਾਨੂੰ ਪੂਰੀ ਚਵਾਈ ਵੀ ਦਿਖਾਵਾਂਗੇ ਤੇ ਐ ਮੰਨ ਕੇ ਚਲੋ 1:00 ਵਜੇ ਰਿਆਂ ਚੜਾਈਆਂ ਹੋਣਗੀਆਂ ਮੱਜਾਂ ਪਿਆ ਵਾ ਇਹੇ ਘਟੋ ਘਟ ਸਵਾ 5 5:30 ਵਜੇ ਨੂੰ ਪਹੁੰਚੀਆਂ ਨਾਗੀਆਂ ਚਲੋ ਇਹ ਮਾਂ ਚੋਟੀ ਥੱਲੇ ਦੁੱਧ ਵਧੀਆ ਸੀ ਆਪਾਂ ਫਿਰ ਵੀ ਮਾਂ ਚੱਲੋ ਗੋਸ਼ਤਾਂ ਕੱਢੂ ਵਧੀਆ ਦੁੱਧ ਜੇ ਵਧੀਆ ਦੁੱਧ ਕੱਢਿਆ ਤਾਂ ਆਪਾਂ ਵੀਡੀਓ ਅਪਲੋਡ ਕਰ ਦਾਂਗੇ ਹਜੇ ਭੁੱਖੀਆਂ ਬਾਣਾਂ ਕੋਈ ਪਾਣੀ ਨਹੀਂ ਪਾਇ ਮੱਝਾਂ ਨੂੰ ਕੋਈ ਹਜੇ ਕੱਖ ਨਹੀਂ ਪਾਇ ਮਾਂ ਚੱਲੋ ਬਾਅਦ ਚ ਪਾ ਦਾਂਗੇ ਇੱਕ ਵਾਰ ਆਪਾਂ ਦੇਖ ਲੈਣਾ ਜੋ ਕਿ ਜ ਵਧੀਆ ਦੁੱਧ ਕੱਢਿਆ ਤਾਂ ਵੀਡੀਓ ਪਾ ਦਾਂਗੇ ਬਿਲਕੁਲ ਜੈਡ ਬਲੈਕ ਕੱਟੀ ਆ ਬੱਚਾ ਥੋੜਾ ਚੁੰਗ ਗਿਆ ਸੀ ਪਹਿਲਾਂ ਚਲੋ ਆਪਾਂ ਦੁਬਾਰਾ ਵੀ ਮਾਂ ਛੱਡ ਦਿੰਨੇ ਕਈ ਵਾਰ ਪਸ਼ੂ ਸਮਾਰ ਕੇ ਨਹੀਂ ਉਤਰਦਾ ਦੁੱਧ ਪਹਿਲਾਂ ਥੋੜੀ ਉੱਤਰ ਗਈ ਸੋਨੇ ਨੇ ਕੰਡਾ ਚੈੱਕ ਕਰਾ ਦੰਨੇ ਆ ਦੋ ਇਹਨਾਂ 2 ਕਿਲੋ ਦਾ ਬੱਟਾ ਰੱਖਤਾ ਉੱਤੇ। ਇਹ ਬਾਲਟੀ ਲੱਕ ਕੇ ਜ਼ੀਰੋ ਕਰਤਾ। ਦੂਜੀ ਮੱਝ ਦੀ ਆਪਾਂ ਫੇਰ ਡਿਟੇਲ ਦਿਖਾਵਾਂਗੇ ਉਤਿਆਰ ਹੋ ਗਈ। ਹਜੇ ਮੱਝ 부ਜੀ ਖੜੀ ਆ ਗਈ ਉਹ। ਇਹ ਹੁਣ ਮੱਝ ਦੇਖੋ ਬਿਲਕੁਲ ਸਾਫ਼ ਥਣ ਨੇ। ਬਿਲਕੁਲ ਠੰਡੀ ਝੋਟੀ ਆ ਪੂਰੀ ਸਿੰਘ ਸਿੰਘ ਵੀ ਗੁੰਡਾ ਬਰੀਡ ਵਾਲੀ ਆ ਕੱਦ-ਕੁੱਦੂ ਵੀ ਵਧੀਆ ਝੋਟੀ ਦਾ। ਦੂਜਾ ਸੂਆ ਗੈਰਾਂ ਪਹਿਲੇ ਸੂਆ ਚ ਵੀ ਚੱਲਦੀ ਆ ਦੰਦਾਂ ਦੀ ਵੀ ਕੱਚੀ ਆ ਝੋਟੀ। ਤੇ ਦੁੱਧ ਵੀ ਆਪਾਂ ਐ ਮੰਨ ਕੇ ਚੱਲੋ ਤਾਂ 18 ਕਿਲੋ ਉਹ ਦੁੱਧ ਆਪਾਂ ਤੋਲ ਕੇ ਲਏ ਦੀ 18 18 18 ਤੋਂ ਉੱਤੇ ਸੀ ਦੁੱਧ 19 ਕਿਲੋ ਦੇ ਲਗਭਗ ਦੁੱਧ ਸੀ ਇਹਦਾ ਦੋ ਟਾਈਮ ਚਵਾਈ ਕਰਕੇ ਲਏ ਦੀ ਆਪਾਂ 18 ਕਿਲੋ ਦੁੱਧ ਇਸ ਥੱਲੇ ਤਿਆਰ ਸੀਗਾ ਬਾਕੀ ਹੋਰੇ ਵੀ ਤੁਹਾਨੂੰ ਦਿਖਾਉਣਾ ਵੀ ਕਿੰਨਾ ਕ ਦੁੱਧ ਕੱਢਦੀ ਆ ਰੇਟ ਵੀ ਝੋਟੀ ਦਾ 1,30,000 ਰੁਪਇਆ ਪਹਿਲਾਂ ਵੀ ਆਪਾਂ ਦੱਸਦੇ ਨੇ ਬਾਲਟੀ ਬਿਲਕੁਲ ਖਾਲੀ ਕਰਤੀ ਇਹ ਦੇਖੋ ਕੋਈ ਸ਼ਰਲਾ ਫਰਲਾ ਨਹੀਂ ਹੈਗਾ ਇਹ ਦੇਖੋ ਪਿਛਲੇ ਸਾਲ ਦੀ ਵੀ ਧਾਰ ਤੋਂ ਦਿਖਾ ਰਹੇ ਹਾਂ ਬਿਲਕੁਲ ਨਾਰਮਲ ਚਵਾਈ ਆ ਕਿ ਕੋਈ ਥਣ ਨਹੀਂ ਘਟ ਵੱਧਗਾ ਚਾਹੇ ਕੋਈ 2 ਟਾਈਮ 3 ਟਾਈਮ ਕਦੋਂ ਮਰਜੀ ਆ ਬਰਾ ਦੁੱਧ ਚੋ ਕੇ ਤਸੱਲੀ ਕਰਕੇ ਥਣ ਮਲਿਆ ਸਕਦਾ ਹੁਣ ਆਉਂਦੀ ਮੱਝ ਦੇ ਵੀ ਆਪਾਂ 17 ਕਿਲੋ ਤੋਂ ਉੱਤੇ ਉੱਤੇ ਦੁੱਧ ਤਲਾ ਦਾਂਗੇ 18 ਕਿਲੋ ਦੇ ਲਗਭਗ ਆਉਂਦੀ ਮੱਝ ਦੇ ਵੀ 17 ਕਿਲੋ ਤੋਂ ਉੱਤੇ ਉੱਤੇ ਤਲਾ ਦਾਂਗੇ ਤੇ ਦੋ ਦਾ ਨਾ ਮੱਝ ਖੜੀ ਰਹੀ ਆਪਾਂ ਹੋ ਸਕਦਾ ਕੋਸ਼ਿਸ਼ ਕਰਾਂ ਕੋਈ ਵਧੀਆ ਦੁੱਧ ਹੋ ਸਕਦਾ 19 ਕਿਲੋ ਦੁੱਧ ਵੀ ਤਲਾ ਦਈਏ ਇਹ ਦੇਖੋ ਨਗਲੇ ਥਣਾ ਦੀ ਚਵਾਈ ਕਰ ਰਹੇ ਆ ਚਲੋ ਆ ਹੁੰਦਾ ਹੁਣ ਥੋੜੇ ਜਿ ਮੱਝਾਂ ਆਈ ਜਾਂਦੀਆਂ ਸੀਗੀਆਂ ਜ਼ਿਆਦਾ ਮੇਰੇ ਕੋਲ ਪਹਿਲਾਂ ਵੀ ਆਪ ਤੇ ਫਿਰ ਉਹ ਗਰੁੱਪ ਵਾਲੇ ਵੀ ਇਹ ਵੀ ਲੈਣ ਜਾਂ ਲੈਣ ਕਣੀਓ ਰਹਿ ਜਾਂਦੇ ਨੇ ਕਿਉਂ ਗਰੁੱਪ ਚ ਪਾਉਣ ਦਾ ਵੀ ਨਹੀਂ ਮੌਕਾ ਮਿਲਦਾ ਹੁਣ ਪਿੱਛੇ 4-5 ਦਿਨਾਂ ਅੱਜ ਘਟਪੜ 5 ਪਸ਼ੂ ਸੇਲ ਹੋ ਗਏ ਜਿਨ੍ਹਾਂ ਦੀ ਕੋਈ ਫੋਟੋ ਵੀਡੀਓ ਨਹੀਂ ਪਈ ਹੈਗੀ 2-3 ਕਟੀਆਂ ਦੋ ਦੋ ਤਿੰਨ ਮੱਝਾਂ ਸੇਲ ਹੋ ਗਈਆਂ ਇਹੜੋਂ ਮੂਰਲੇ ਥਣਾ ਦੀ ਚਵਾਈ ਦਿਖਾ ਰਹੇ ਹਾਂ ਤੁਹਾਨੂੰ ਦੋਨਾਂ ਮੱਝਾਂ ਮਗਰ ਕਟੀਆਂ ਨੇ ਦੂਜੀ ਮੱਝ ਤੁਹਾਨੂੰ ਆਪਾਂ ਗੇਰਾਉਂ ਥੋੜੀ ਜਿਹੀ ਦਿਖਾ ਦਈ ਫੇਰ ਦਿਖਾ ਤਿਆਰ ਹੋਣ ਦੇ ਨੂੰ ਫੇਰ ਡਿਟੇਲ ਦਿਖਾਵਾਂਗੇ ਅੱਜ ਆਪਾਂ ਕੋਈ ਤਿਆਰ ਨਹੀਂ ਕਰੀਆਂ ਇਹ ਮੱਝਾਂ ਲਿਬੜੀਆਂ ਦੀ ਵੀਡੀਓ ਪਾ ਰਹੇ ਹਾਂ ਅੱਗੇ ਪਰਮਾ ਕੇ ਥੋੜਾ ਤੇਲ ਤੂਲਾ ਕੇ ਵੀਡੀਓ ਥੋੜਾ ਐਵੇਂ ਕੋਸੂ ਸੋਹਣਾ ਲੱਗਦਾ ਕੱਦ ਵੀ ਵਧੀਆ ਚੋਟੀ ਦਾ ਪੂਰੀ ਠੰਡੀ ਚੋਟੀ ਐ ਐ ਮੰਨ ਕੇ ਚੱਲੋ ਇੰਨੇ ਸਫਰ ਚ ਆ ਕੇ ਵੀ ਦੁੱਧ ਫਿਰ ਵੀ ਚੋਟੀ ਨੇ ਵਧੀਆ ਕੱਢਿਆ ਤੁਹਾਨੂੰ ਦਿਖਾਵਾਂਗੇ ਅੰਡਾ ਤੱਕ ਵੀਡੀਓ ਜ਼ਰੂਰ ਦੇਖਿਓ ਦੂਜੀ ਮੱਝ ਦਾ ਰੇਟ ਐਮ ਔਕੇ ਦੇ ਦੱਸਾਂਗੇ ਜਦੋਂ ਤਿਆਰ ਹੋਈ ਉਹ ਜੇ ਸਾਹਬ ਨਾਲ ਉਹਦਾ ਵੀ ਦੱਸਾਂ ਉਹ ਵੱਧ ਦੁੱਧ ਵਾਲੀਆ ਦੁੱਧ ਉਹਨੇ ਵੀ 22 23 ਕਿਲੋ ਦੁੱਧ ਦੇ ਰੱਖਿਆ ਮੱਝ ਨੇ ਹੁਣ ਵੀ ਉਹਦੇ ਥੱਲੇ ਐ ਮੰਨ ਕੇ ਚੱਲੋ ਖਾਲੀ ਹੁੰਦੀ ਥੱਲੇ 13 ਕਿਲੋ ਦੁੱਧ ਹੈਗਾ ਸੀ ਬਾਕੀ ਦੇਖਦੇ ਹਾਂ ਉਹ ਦੋ ਦਿਨਾਂ ਚ ਕੀ ਕਰਦੇ ਹਾਂ ਚਾਰੂ ਦੋਨੇ ਖੁੱਲੀਆਂ ਨੇ ਮੱਜਾਂ ਲੈਣਾ ਗਲੇ ਸਾਣ ਦੀ ਚਬਾਈ ਕਰ ਰਹੇ ਆ ਗਾੜੀ ਗਾੜੀ ਵੀ ਝੋਟ ਜੀ 2 ਕਿਲੋ ਦੇ ਲਗਭਗ ਗਾੜੀ ਆ ਬੱਚੇ ਨੂੰ ਵੀ ਛੱਡਾਂਗੇ ਆਪਾਂ ਕਿਉਂ ਸਫਰ ਚਵਾਈ ਆ ਠੰਡ ਵੀ ਆ 1 ਵਜੇ ਦੀਆਂ ਮੱਜਾਂ ਚੜੀਆਂ ਉਹ ਅੱਜ 6 ਤਰੀਕ ਦੀਆਂ ਤੇ 5:35 ਵਜੇ ਆਪਾਂ ਘਰੇ ਲਾਈਆਂ ਨਗੀਆਂ ਇਹ ਦੇਖੋ ਹੁਣ ਅਗਲੇ ਸਨਾਂ ਦੀ ਲਗਭਗ ਕੁੱਲਾ ਤੋਂ ਦਾ ਕੋਈ ਥਣ ਘੱਟ ਵੱਧ ਨਹੀਂ ਹੈਗਾ ਇਹਦਾ ਬੱਚੇ ਨੂੰ ਵੀ ਛੱਡਾਂਗੇ ਦੇਖੋ ਆਪਾਂ ਥਣ ਹਜੇ ਖਾਲੀ ਨਹੀਂ ਕਰੇ ਇਹ ਦੇਖੋ ਅਲਾ ਵੀ ਬੱਚਾ ਚੰਗੋ ਜੋ ਆਪਾਂ ਪਾਈ ਆਦ ਪਾ ਦੁੱਧ ਛੜਤਾ ਕੁਸ ਪਸ਼ੂ ਫਿਰ ਵੀ ਡੋਕੇ ਜੇ ਪਾਇ ਨਾ ਧਾਰ ਆਈ ਪਾ ਜਾਂਦਾ ਹੁਣ ਆਪਾਂ ਪਿਛਲੇ ਸਨਾਂ ਦੀ ਚਵਾਈ ਕਰਦੇ ਆਂ ਦੋ ਟਾਈਮ ਤਿੰਨ ਟਾਈਮ ਕੋਈ ਵੀ ਵੀਰ ਕਿੰਨੇ ਵਾਰੀ ਵੀ ਦੁੱਧ ਚਵਾਈ ਕਰ ਸਕਦਾ ਮੰਗਲੇ ਖਨਾ ਦੀ ਪੂਰੀ ਮੋਟੀ ਧਾਰ ਪੈਂਦੀ ਹੈਗੀ ਬਿਲਕੁਲ ਨਰਮ ਚਵਾਈ ਹੈ ਲੇਡੀਜ਼ ਵੀ ਬੁੜੀ ਵੀ ਇਨਸਾਨ ਆਸਾਨੀ ਨਾਲ ਧਾਰ ਕੱਢ ਸਕਦੀ ਹੈ ਇਹਦੀ ਜੋ ਕੋਈ ਵਾਰ ਆਉਂਦਾ ਕਿ ਵਿੱਚ ਵਾਈ ਦੀ ਟਾਈਟ ਹੁੰਦੀ ਆ ਥੋੜੀ ਜੀ ਬੁੜੀਆਂ ਦਤਾਰ ਫਿਰ ਨਿਕਲਦੀ ਨਹੀਂ ਹੈਗੀ ਕੋਈ ਮਰਜ਼ੀ ਕਿਵੇਂ ਮਰਜ਼ੀ ਕੋਈ ਥੱਲੇ ਬੈਠੀ ਜਾ ਮੱਝ ਬਿਲਕੁਲ ਠੰਡੀ ਮੱਝ ਆਗੀ ਬਰੀਡ ਵਾਲੀ ਮੱਝ ਝੋਟੀ ਆਗੀ ਦੁੱਧ ਵੀ ਤੁਸੀਂ ਵਧੀਆ ਦੇਣ ਵਾਲੀ ਅਤੇ ਬੱਚੇ ਵੀ ਵਧੀਆ ਦੇਣ ਵਾਲੀ ਆ ਸੋਨਾ ਪਣ ਵੀ ਆ ਦੁੱਧ ਵੀ ਆ ਦੋਨੇ ਚੀਜ਼ਾਂ ਨਹੀਂ ਆ ਦੋਨੇ ਚੀਜ਼ਾਂ ਬਹੁਤ ਘੱਟ ਮਿਲਦੀਆਂ ਨੇ ਜਿਆ ਕਈ ਵਾਰ ਦੁੱਧ ਮਿਲ ਜਾਂਦਾ ਆਪਾਂ ਨੂੰ ਸੋਨਾ ਨਹੀਂ ਮਿਲਦਾ ਬੱਚਾ ਬਾਕੀ ਇੱਕ ਕੱਟੀ ਵੀ ਆ ਨਾਲ ਇੱਕ ਆਪਾਂ ਜੀ ਵੀਡੀਓ ਬਣਾਉਣ ਆਲੇ ਥੋੜੇ ਜੇ ਇਕੱਲੇ ਰਹਿ ਗਏ ਕਿ ਮੁੰਡਾ ਕੋਈ ਮਿਲਿਆ ਨਹੀਂ ਨਾ ਗਿਆਨੀ ਮਿਲਿਆ ਨਾ ਆਪਣਾ ਦੂਜਾ ਮੁੰਡਾ ਮਿਲਿਆ ਤਾਂ ਹੀ ਮੈਂ ਦੇਖਦਾ ਥੋੜਾ ਮੈਂ ਸਹੀ ਬਣੀ ਜਾਂਦੀ ਆ ਵੀਡੀਓ ਚੈੱਕ ਕਰਦਾ ਥੋੜਾ ਜਿਹਾ ਕੈਮਰਾ ਉਹ ਵੀ ਮੱਝ ਦੁੱਧ ਵਾਲੀ ਆ ਹੁਣ ਚਲੋ ਥੋੜਾ ਪਹਿਲਾਂ ਆਪਾਂ ਮੱਝਾਂ ਘਟਾ ਰੱਖੀਆਂ ਸੀਗੀਆਂ ਠੰਡ ਜਿਆਦਾ ਸੀਗੀ ਦੁੱਧ ਘੜਦੀਆਂ ਨਹੀਂ ਸੀਗੀਆਂ ਫਿਰ ਇਹਨਾਂ ਸਾਹਮ ਸੰਭਾਲ ਕਰਨੀ ਪੈਂਦੀ ਜਿਆਦਾ ਠੰਡ ਜਿਆਦਾ ਹੋਣ ਕਰਕੇ ਮੱਝਾਂ ਪਾਣੀ ਪੂਣੀ ਨਹੀਂ ਪੀ ਰਹੀਆਂ ਸੀਗੀਆਂ ਦੁੱਧ ਘਟ ਘੜਦੀ ਹੁਣ ਆਪਾਂ ਥੋੜੇ ਦਿਨ ਜੇ ਖੁੱਲ ਗਏ ਚਲੋ ਮੱਝਾਂ ਲਿਆਉਣ ਲੱਗੇ ਕੱਟੀ ਵੀ ਮੰਗ ਰਹੇ ਸੀਮਨ ਦੀ ਆ ਪਰ ਇਹ ਨਹੀਂ ਪਤਾ ਵੀ ਕਿਹੜੇ ਸੀਮਨ ਦੀ ਆ ਜਾਂ ਕਿਵੇਂ ਭਰਾਇਆ ਉਹਨਾਂ ਨੇ ਸੀਮਨ ਦੱਸਿਆ ਸੀ ਉਹਨਾਂ ਨੇ ਵੀ ਚੰਗੇ ਸੀਮਨ ਦੀ ਕੱਟੀ ਹੈਗੀ ਵੀ ਚੰਗਾ ਭਰਾਇਆ ਸੀ ਡਾਕਟਰ ਤੋਂ ਕਹੇਗੇ ਬੜੇ ਨਹੀਂ ਪਤਾ ਵੀ ਕਿਹੜੇ ਸੀਮਨ ਦੀ ਆ ਜਾਂ ਕਿਵੇਂ ਆ ਉਹ ਕਹਿੰਦੇ ਸਾਡੇ ਨਾਲ ਧਿਆਨ ਚ ਨਹੀਂ ਹੁਣ ਉਹ ਮੱਝ ਮੰਗਰ ਵੀ ਕੱਟੀ ਆ ਦੂਜੀ ਮਰੀਜ਼ ਦੋਨਾਂ ਮੱਝਾਂ ਮੰਗਰ ਕੱਟੀਆਂ ਨੇ ਇਸ ਵਾਰ ਜਿਹਾਂ ਵਿੱਚ ਵੀਰ ਕਹਿੰਦਾ ਸੀ ਕੱਟੀ ਵਾਲੀ ਮੱਝ ਲੈਣੀ ਆ ਜਾਂ ਕੱਟੀ ਵਾਲੀ ਝੋਟੀ ਲੈਣੀ ਆ ਵਿੱਚ ਪਹਿਲੇ ਦੂਜੇ ਕਹਿੰਦੇ ਨੇ ਵੀ ਪਹਿਲੇ ਜਾਂ ਦੂਜੇ ਲੈਣੀ ਆ ਉਹ ਝੋਟੀ ਨੇ ਇਹਨੂੰ ਚਾਹੇ ਪਹਿਲੇ ਸੂਏ ਵੀ ਕਹਿ ਲਈਏ ਪਰ ਦੂਜੇ ਸੂਏ ਝੋਟੀ ਆ ਗਈ ਇਹ ਆਪਾਂ ਜਿਵੇਂ ਦੱਸ ਦੇਣਾ ਆਪਾਂ ਵੀ ਦੁੱਧ ਤਿਆਰ ਹੋਵੇ ਫੇਰ ਆਪਾਂ ਲੈ ਲੈਨੇ ਆ ਤੇ ਝੋਟੀ ਨੂੰ ਸੂਈ ਨੂੰ ਵੀ ਹਜੇ 12 13 ਦਿਨ 14 ਦਿਨ 15 ਦਿਨਾਂ ਤੋਂ ਘੱਟ ਘੱਟ ਦਿਨ ਹੋਏ ਨੇ ਸੂਈ ਨੂੰ ਦੁੱਧ ਫੇਰ ਵੀ ਵਧੀਆ ਤਿਆਰ ਖੜੀ ਖੜੀ ਆ ਉਮੀਦ ਆ ਵੀ ਹਫ਼ਤੇ 10 ਦਿਨਾਂ ਤੱਕ ਦੁੱਧ 20 ਕਿਲੋ ਵੀ ਕਰ ਸਕਦੀ ਹੈ ਝੋਟੀ ਇਹ ਪਰ ਲੇਵਾ ਥੋੜਾ ਜਿਆ ਕੱਟ ਦਿਖਾਉਂਦੀ ਹੈਗੀ ਪਰ ਦੁੱਧ ਨਹੀਂ ਪਤਾ ਵੀ ਕਿੱਥੋਂ ਘੜਦੀ ਹੈ ਕਿੱਥੋਂ ਨਾ ਕਿਉਂ ਦੁੱਧ ਬਰੀਡ ਨੇ ਦੇਣਾ ਹੁੰਦਾ ਲੇਵਿਆਂ ਨੇ ਵੀ ਨਹੀਂ ਦੁੱਧ ਦੇਣਾ ਹੁੰਦਾ ਕਈ ਵਾਰ ਵੱਡੇ ਲੇਵਿਆਂਾਂ ਮੱਝਾਂ ਦੁੱਧ ਘੱਟ ਘੜਦੀਆਂ ਨੇਗੀਆਂ ਦੁੱਧ ਬਰੀਡ ਨੇ ਦੇਣਾ ਜਿਹੜਾ ਦੇਣਾ ਹੁੰਦਾਗਾ ਟਾਈਟ ਲੇਵੇ ਦੇ ਹੋਣ ਦੇ ਬਾਵਜੂਦ ਵੀ ਖੁੱਲਾ ਦੁੱਧ ਕੱਢ ਰਹੀ ਹੈ ਗੱਟ ਛੋਟੀ ਗੱਟੀ ਇਹ ਜੇ ਕਿਸੇ ਵੀ ਇਹਨੇ ਲੈਣੀ ਹੋਵੇ ਸਕਰੀਨ ਤੇ ਨੰਬਰ ਚੱਲ ਰਿਹਾ ਆਪਣਾ ਦੋ ਟਾਈਮ ਤਿੰਨ ਟਾਈਮ ਚਾਰ ਟਾਈਮ ਜਿੰਨੇ ਟਾਈਮ ਵੀ ਚਬਾਈ ਕਰ ਸਕਦਾ ਕਰ ਸਕਦਾ ਕੋਈ ਵੀ ਵੀਰ ਜਿਸ ਕਿਸੇ ਨੇ ਲੈਣੀ ਹੋਵੇ ਕੋਈ ਵਿੱਚ ਕਹਿੰਦੇ ਨੇ ਦੋ ਟਾਈਮ ਜਾਂ ਤਿੰਨ ਟਾਈਮ ਚਬਾ ਕੇ ਦਿਖਾਓ ਮੱਜ ਪਹਿਲਾਂ ਵੀ ਆਪਾਂ ਵੀਡੀਓ ਚ ਕਹਨੇ ਹੁੰਦੇ ਆ ਜਿਸ ਵੀਰ ਨੇ ਲੈਣੀ ਉਹ ਦੋ ਟਾਈਮ ਤਿੰਨ ਟਾਈਮ ਕੋਦੋਂ ਵੀ ਚਬਾਈ ਕਰ ਸਕਦਾ ਕਿਤੇ ਕੋਈ ਵਾਲ ਚਿੱਟਾ ਨਹੀਂ ਹੈਗਾ ਮੱਜ ਦੇ ਲਗਭਗ ਸਾਰੀ ਜੈਡ ਬਲੈਕ ਆ ਕੱਟੀ ਵੀ ਬਿਲਕੁਲ ਜੈਡ ਬਲੈਕ ਆ ਕੱਟੀ ਦਾ ਕੱਦ ਵੀ ਬਹੁਤ ਉੱਚਾ ਝੋਟੀ ਜਿਵੇਂ ਝੋਟੀ ਦਾ ਲਗਭਗ ਕੱਟੀ ਦਾ ਹੀ ਪੂਰਾ ਖੁੱਲਾ ਕਰਦਾ ਕੋਈ ਠੰਡ ਨਹੀਂ ਹੈਗਾ ਘੱਟ ਵੱਧ ਦੇ ਕਾਹ ਹੁੰਦਾ ਜੇ ਠੰਡ ਘੱਟ ਵੱਧ ਹੋਵੇ ਪਹਿਲਾਂ ਵੀ ਜਦੋਂ ਆਪਾਂ ਦੇਖੀ ਉੱਥੇ ਥੋੜੀਆਂ ਜਿਹੀਆਂ ਪਲਾਂ ਆਈਆਂ ਸੀਗੀਆਂ ਹੁਣ ਤਾਂ ਪਲਾਂ ਜੀਆਂ ਵੀ ਉਤਰ ਗਈਆਂ ਝੋਟੀ ਜਿਵੇਂ ਪਹਿਲੇ ਦੂਜੇ ਸੂਏ ਭਰੂਣ ਆ ਜਾਂਦੀ ਆਪਾਂ ਕਹਿ ਦਿੰਨੇ ਆ ਜਾਂ ਪਲਾਂ ਕਹਿ ਦਿੰਨੇ ਆ ਹੁਣ ਠੰਡ ਵੀ ਬਿਲਕੁਲ ਲਗਭਗ ਸਾਫ਼ ਨੇਗੇ ਉਦੋਂ ਜਦੋਂ ਆਪਾਂ ਲੈਤੀ ਥੋੜੀ ਜਦੋਂ ਪਹਿਲੀ ਪਹਿਲੀ ਵਾਰ ਸੌਦਾ ਕਰੀਓ ਥੋੜੀ ਪਲਾਂਗੀਆਂ ਥਲਾਂ ਤੇ ਤਾਜੀ ਸੂਈ ਕਰਕੇ ਸਫਰ ਚੋਂ ਵੀ ਆਈ ਹਾਂ ਅੱਜ ਅਜੇ ਖੜੀ ਵੀ ਭੁੱਖੀ ਪਣੀ ਹੈ ਕਿਉਂ ਹੁੰਦੀ ਨੂੰ ਨਾ ਤਾਂ ਆਪਾਂ ਪਾਣੀ ਪਾਏ ਚਲੋ ਮੈਂ ਥੋੜਾ ਜਿਹਾ ਪਸ਼ੂ ਦੰਮ ਰੂਮ ਲੈ ਲਿਆ ਇਹਨੇ ਮੱਚ ਵਾਈ ਚੁਈ ਕਰ ਦੰਨੇ ਤੇ ਬਾਅਦ ਚੀ ਕੱਕ ਕੋਖ ਪਾਈ ਸੀ ਬੰਡ ਮੁੰਡ ਚੋਟੀ ਨੂੰ ਪਹਿਲਾਂ ਪਾ ਚੁਵਾਈ ਕਰੀ ਸੀ ਜੇ ਕਦੇ ਮਾੜਾ ਮੋਡਾ ਪਸੂ ਰੱਜਿਆ ਹੋਵੇ ਰੈਸਟ ਕਰਿਆ ਫਿਰ ਦੁੱਧੇ ਹੀ ਕਿਲੋ ਦੁੱਧ ਦਾ ਫਰਕ ਪੈ ਜਾਂਦਾ ਉਹ ਸਫਰ ਚੋ ਵੀ ਆਈ ਆ ਪਸ ਮੱਝ ਸਫਰ ਦਾ ਵੀ ਮੰਨਿਆ ਜਾਂਦਾ ਹੁੰਦਾ ਪਸੂ ਬਿਲਕੁਲ ਨਰਮ ਚਵਾਈ ਆ ਗਈ ਕੋਈ ਥਣ ਨਹੀਂ ਹੈਗਾ ਇਹਦਾ ਘੱਟ ਵੱਧ ਬਰੋਬਰ ਥਣ ਮੁਕਦੇ ਬੱਚਿਆਂ ਨੂੰ ਦੁੱਧ ਜਰੂਰ ਛੱਡਾਂਗੇ ਪਰ ਚਲੋ ਕਦੋਂ ਵੀ ਕਿਸੇ ਵੀਰ ਨੂੰ ਦੇਖਣਾ ਚਾਹ ਕੋਈ ਵੀਡੀਓ ਕਾਲ ਤੇ ਵੀ ਜੋ ਸਕਦਾ ਘਰੇ ਆ ਕੇ ਵੀ ਜੋ ਸਕਦਾ ਇਹ ਬਾਲਟੀ ਵੀ ਦੇਖ ਸਕਦੇ ਹਾਂ ਬਿਲਕੁਲ ਚਵਾਈ ਨਰਮਾ ਝੱਗ ਵੀ ਉੱਪਰ ਤੱਕ ਆ ਗਈ 1.5 ਕਿਲੋ ਦੁੱਧ ਕਿਲੋ ਡੇਢ ਕਿਲੋ ਦੁੱਧ ਦੇ ਲਗਭਗ ਆਪਾਂ ਬੱਚੇ ਨੂੰ ਵੀ ਛੱਡਿਆ ਡੇਢ ਕਿਲੋ ਦੁੱਧ ਤਾਂ ਆਰਾਮ ਨਾਲ ਹੀ ਛੱਡਿਆ ਬੂਲੇ ਥਣਾਜ ਵੀ ਚਲੋ ਪਸ਼ੂਆਂ ਕਰੋ ਡੋਕੇ ਜਪਾ ਜਾਂਦਾ ਹੁੰਦਾ ਵੀ ਆਪਾਂ ਬੱਚੇ ਨੂੰ ਹੀ ਛੱਡ ਤੇ ਇਹ ਦੇਖੋ ਜੀ ਥਣਾਜ ਦੇ ਦੁੱਧ ਆਪਾਂ ਛੱਡਿਆ ਚਾਰਾਂ ਜੀ ਲਗਭਗ ਉਹ ਆ ਬੱਚਾ ਵੀ ਫਿਰ ਛੋਟਾ ਕੋਈ ਆਪਣਾ ਜਦੋਂ ਦੁੱਧ ਕਿਸੇ ਵੀਰ ਨੇ ਵੀ ਲੈਣਾ ਪਾ 17 ਕਿਲੋ ਤੋਤੇ ਆਪਾਂ ਇਸ ਟਾਈਮ ਵੀ ਤੋਲ ਦਾਂਗੇ ਦੋ ਦਿਨਾਂ ਨੂੰ ਆਪਾਂ ਦੁੱਧ ਜ਼ਿਆਦਾ ਤੋਲ ਦਾਂਗੇ ਲਗਭਗ ਕਿਲੋ ਡੇਢ ਕਿਲੋ ਹੋਰ ਇਹ ਦੇਖੋ ਥੋੜਾ ਜਿਹਾ ਜ ਹੈ ਨਹੀਂ ਸੀ ਕੋਈ ਕੈਮਰਾ ਬਿਲਕੁਲ ਕੁਆਲਿਟੀ ਤੇ ਹੀ ਆ ਅੱਜ ਵੀਡੀਓ ਬਣਾਉਣ ਵਾਲਾ ਮੈਂ ਇਕੱਲਾ ਸੀਗਾ ਇਹ ਬੱਚਾ ਛੱਡ ਦੇ ਸੀ ਥੋੜਾ ਜਿਹਾ ਆਪਾਂ ਚਲੋ ਸਾਨੂੰ ਦੁੱਧ ਦਿਖਾਉਣੇ ਆ ਤੋਲ ਕੇ ਕਿੰਨਾ ਕੱਢਿਆ ਝੋਟੀ ਨੇ ਇਹ ਦੇਖੋ ਜ਼ੀਰੋ ਕਰੀ ਪਈ ਹੁਣ ਬਿਲਕੁਲ 7 ਕਿਲੋ 665 ਗ੍ਰਾਮ ਦੁੱਧ ਕੱਢਦਾ। ਘਟੋ ਘਟੇ ਟਾਈਮ ਅਨਿਕਾ ਸਫਰ ਚੋਂ ਵੀ ਆਈ ਆ। ਲਗਭਗ ਟਾਈਮ ਤੋਂ ਟਾਈਮ ਜੇ ਦੁੱਧ ਨਿਕਲਿਆ ਝੋਟੀ ਦਾ। ਤੇ ਬੱਚੇ ਨੂੰ ਵੀ ਛੱਡਿਆ ਆਪਾਂ। ਕਿਲੋ ਦੁੱਧ ਤੋਂ ਉੱਪਰ ਪਰਦਾ ਜਮਾ ਬੱਚੇ ਨੂੰ ਛੱਡਿਆ ਹੋ ਸਕਦਾ 1.5 ਕਿਲੋ ਦੁੱਧ ਦਾ ਵੀ ਕੋਈ ਮਾਜਨਾ ਨਹੀਂ ਹੁੰਦਾ ਥਣਾ ਚਾਰੇ ਥਣਾ ਚ ਜੇ ਥੋੜਾ ਥੋੜਾ ਜਿਹਾ ਵੀ ਛੱਡਦੀਏ। ਤੇ ਇਸ ਟਾਈਮ ਵੀ ਸਾਨੂੰ ਆਪਾਂ ਮੰਨ ਕੇ ਚਲੋ ਦੋਨਾਂ ਟਾਈਮਾਂ ਸਫਰ ਚੋਂ ਦੀਦਾ ਵੀ ਦੁੱਧ 17 ਕਿਲੋ ਦੁੱਧ ਆਪਾਂ ਤੋਲ ਕੇ ਦੇ ਸਕਦੇ ਆ। 17 ਦੁੱਧ ਉੱਤੇ ਉੱਤੇ। ਦੋ ਦਿਨ ਮੱਝ ਖੜ ਗਈ ਝੋਟੀ ਖੜ ਗਈ। ਤਾਪਾ ਵਧੀਆ ਦੁੱਧ ਤਲਾ ਦਾਂਗੇ ਤੇ ਮੱਝ ਦੀ ਆਪਾਂ ਡਿਟੇਲਸ ਤੁਹਾਨੂੰ ਫੇਰ ਦੱਸਾਂਗੇ ਹਜੇ ਮੱਝ ਆਈ ਹੋਈ ਆ ਕਿ ਬੋਲੇ ਚ ਖਾਲੂ ਹੀ ਹੁੰਦੀ ਆ ਜੇ ਖਾਲੀ ਹੁੰਦੇ ਤੇ ਵੀ ਹੈਗਾ ਇਹਦੇ ਲਗਭਗ ਖਾਲੀ 13 14 ਕਿ 13 ਕਿਲੋ ਦੁੱਧ ਦੇ ਲਗਭਗ ਹੈਗਾ ਇਹਦੇ ਇਹ ਝੋਟੀ ਜਿਹੜੀ ਦੂਜੇ ਸੂਆ ਇਹਦਾ ਰੇਟ ਹੈਗਾ 1,30,000 ਜੇ ਕਿਸੇ ਵੀਰ ਨੇ ਲੈਣੀ ਹੋਵੇ ਆਪਣਾ ਕੰਟੈਕਟ ਕਰ ਸਕਦਾਗਾ ਮੰਗਰ ਕੱਟੀ ਆ ਇਹਦੇ ਉਹਦੇ ਮੱਝ ਦੇ ਮੰਗਰ ਵੀ ਕੱਟੀ ਆ ਉਹਦੀ ਜੋ ਵੀਡੀਓ ਕਦੇ ਫੇਰ ਬਣਾ ਕੇ ਕਵਰ ਕਰਾਂਗਾ ਉਹ ਸਭ ਵਿੱਚ ਥੋੜੀ ਜਿਹੀ ਦਿਖਾਤੀ ਹੈ ਜਿਹੜਾ ਐ ਮੰਨ ਕੇ ਚਲੋ ਕੱਟੀ ਖੜੀ ਵੀ ਮਸਾ ਹੁੰਦੀ ਹੈ ਇਹ ਨਾੜੂਆ ਵੀ ਗਿੱਲਾ ਪਿਆ ਇਹਦਾ ਨਾੜੂਆ ਵੀ ਸੁੱਕਿਆ ਨਹੀਂ ਹੈਗਾ ਤੁਸੀਂ ਦੇਖ ਸਕਦੇ ਹੋ ਚੌਥਾ ਦਿਨ ਸੂਈ ਨੂੰ ਇਹਨੂੰ